ਰਹਿਮਾਨੁਰਹਿਮ, ਸਲਾਮ ਅਲੈਕੁਮ ਦੋਸਤੋ, ਫਿਲਹਾਲ ਕੈਸੇ ਹੈ? ਮੈਂ ਤੁਹਾਡਾ ਆਪਣਾ ਉਸਤਾਦ ਬਿਲਾਲ, ਅਤੇ ਅੱਜ ਤੁਹਾਨੂੰ ਕਰਾਉਣ ਲੱਗੇ ਹਾਂ ਸ਼ੌਕ। ਕਾਫੀ ਅਰਸੇ ਬਾਅਦ ਮੈਂ ਵੀਡੀਓ ਬਣਾਉਣ ਲੱਗਾ, ਬਿਜ਼ੀ ਸਾਂ, ਮਸਰੂਫ ਸਾਂ, ਜ਼ਰਾ ਪਿੰਡ ਗਏ ਸਾਂ, ਉੱਥੇ ਜ਼ਰਾ ਬਾਜ਼ੀ ਚੱਲ ਰਹੀ ਸੀ, ਅਤੇ ਉੱਧਰ ਬਿਜ਼ੀ ਸਾਂ, ਅਤੇ ਅੱਜ ਤੁਹਾਨੂੰ ਸ਼ੌਕ ਕਰਾਉਣ ਲੱਗੇ ਹਾਂ ਰਾਮਪੁਰੀ ਇੰਡੀਅਨਸ ਲੈ ਕੇ। ਅਤੇ ਇਹ ਰਾਮਪੁਰੀ ਤਾਂ ਹੈ ਨਹੀਂ, ਲੇਕਿਨ ਆਉਂਦੇ ਨੇ ਕਿ ਰਾਮਪੁਰੀ ਨੇ, ਉਂਝ ਇੰਡੀਅਨ ਸਲੇਟੇ ਨੇ, ਅਤੇ ਜਿਹੜਾ ਨਾ ਅੱਜ ਸ਼ੋਅ ਕਰਾਉਣ ਲੱਗਿਆ ਤੁਹਾਨੂੰ ਇਹਨਾਂ ਦਾ। ਅਤੇ ਸਭ ਤੋਂ ਪਹਿਲਾਂ ਤੁਹਾਨੂੰ ਬਹਾਨੇ ਆ ਇਹਦਾ ਨਰ, ਜਿਹੜਾ ਨਾ ਮੇਲ ਬਹਾਨੇ ਆ, ਅਤੇ ਚੈੱਕ ਕਰੋ ਜੀ ਕੀ ਸ਼ਾਇਦ ਅੱਗੇ ਕਰਕੇ, ਜ਼ਰਾ ਦੋਵੇਂ ਕਲੋਜ਼ ਕਰਕੇ ਵਿਖਾਵਾਂ ਉਸ ਦੋਸਤਾਂ ਨੂੰ। ਇਹ ਚੈੱਕ ਕਰੋ ਨਾ ਪਹਿਲਾਂ ਵਿਊ ਦੋਵਾਂ ਦਾ। ਇਹਨਾਂ ਦਰਅਸਲ ਕੱਢੇ ਨੇ ਬੱਚੇ। ਅੱਛਾ ਅੱਛਾ। ਅਤੇ ਜਿੰਨੀ ਜਲਦੀ ਹੋ ਸਕੇ ਜਿਹੜਾ ਨਾ ਇਹਨਾਂ ਦਾ ਸਾਜੀ, ਕਬੂਤਰੀਆਂ ਦੀ ਅੱਖਾਂ ਬਹੁਤ ਲਾਲ ਨਜ਼ਰ ਆ ਰਹੀਆਂ ਨੇ, ਅਤੇ ਦੋਸਤਾਂ ਨੂੰ ਜਿਹੜਾ ਨਾ ਬੜੇ ਧਿਆਨ ਦੇ ਨਾਲ ਕਬੂਤਰੀ ਦੇ ਬਾਰੇ ਇਨਫੋਰਮੇਸ਼ਨ ਦੇ ਰਹੀ ਹੈ। ਹਾਂ ਉਹ ਵੇਖੋ ਨਾ, ਖੜਕਦੇ ਪਏ ਨੇ ਦੋਵੇਂ, ਇੱਕ ਬੱਚੇ ਕੱਢੇ ਨੇ, ਨਿੱਕੇ ਨਿੱਕੇ ਬੱਚੇ ਨੇ, ਹਾਲੇ ਇੱਕ ਦੋ ਦਿਨ ਹੋਇਆ, ਅਤੇ ਮਿਸਲਾ ਹੈ ਕਿ ਇੱਕ ਨੂੰ ਜਿਹੜਾ ਨਾ ਛੱਡਦੀ ਅੰਦਰ ਬੱਚਿਆਂ ਦੇ ਪਵੇ। ਪਹਿਲੇ ਫਿਰ ਕਿੰਦਾ ਸ਼ੋਅ ਕਰਾਓਗੇ, ਮਾਦੀ ਦਾ ਕੇ ਕਬੂਤਰ ਦਾ? ਪਹਿਲਾਂ ਕਰਾਉਂਦੇ ਹਾਂ ਨਰ ਦਾ, ਕਬੂਤਰ ਦਾ ਸ਼ੋਅ ਕਰਾਉਂਦੇ ਹਾਂ। ਠੀਕ ਹੋ ਗਿਆ, ਅਤੇ ਲਿਆਓ ਫਿਰ ਉਹਦਾ ਇੱਕ ਮਾਦੀ ਫੜਾਓ ਮੈਨੂੰ। ਮਾਦੀ ਫੜਾਓ ਮੈਂ ਤੁਸੀਂ ਠਹਿਰ ਜਾ, ਚੱਲ ਲਓ ਜੀ ਦੋਸਤੋ, ਫਿਰ ਤੁਹਾਨੂੰ ਕਰਾਉਂਦੇ ਹਾਂ ਨਰ ਦਾ, ਕਬੂਤਰ ਦਾ ਸ਼ੋਅ, ਅਤੇ ਉਸ ਤੋਂ ਬਾਅਦ ਤੁਹਾਨੂੰ ਕਰਾਵਾਂਗੇ ਇਹਦੀ ਮਾਦੀ ਦਾ ਸ਼ੋਅ। ਅਤੇ ਸਭ ਤੋਂ ਪਹਿਲਾਂ ਤੁਹਾਨੂੰ ਚੈੱਕ ਕਰਾਉਂਦੇ ਹਾਂ ਦੀ ਅੱਖ, ਠੀਕ ਹੈ? ਅਤੇ ਜ਼ਰਾ ਕਲੋਜ਼ ਕਰੋ, ਅੱਖ ਚੈੱਕ ਕਰਾਈਏ ਤੁਹਾਨੂੰ, ਅੱਖ ਚੈੱਕ ਕਰੋ ਸਭ ਤੋਂ ਪਹਿਲਾਂ, ਦੇਖੋ ਜੀ ਕੀ ਸ਼ੈ ਹੈ। ਉਸਤਾਦ ਜੀ ਸਹੀ ਨਹੀਂ ਆ ਰਹੀ, ਇੱਧਰ ਇੱਥੇ ਆ ਗਈ, ਮਾਸ਼ਾ ਅੱਲਾਹ, ਪੂਰੀ ਜ਼ਬਰਦਸਤ ਅੱਖ ਵਿੱਚ ਆ ਗਈ ਹੈ। ਉਸਤਾਦ ਜੀ ਇਹ ਜਾਨਵਰ ਮੈਨੂੰ ਬਹੁਤ ਨਯਾਬ ਲੱਗ ਰਿਹਾ। ਇਹ ਹੈ ਹੀ ਨਹੀਂ, ਮੈਂ ਤਾਂ ਕਹਿੰਦਾ ਵਾਂ ਬੜੀਆਂ ਛੱਤਾਂ ਫਿੜੀਆਂ ਨੇ, ਸਵਾਏ ਮੇਰੇ ਘਰ ਤੋਂ ਮੈਂ ਹਾਲੇ ਤੱਕ ਜੋੜਾ ਵੇਖੀ ਨਹੀਂ ਕਿੱਥੇ। ਵਨ ਐਂਡ ਓਨਲੀ ਪੀਸ ਹੈ ਜਿੱਥੇ ਤੱਕ ਮੈਨੂੰ ਲੱਗਦਾ। ਅਤੇ ਜੇ ਤੁਸੀਂ ਪੜ੍ਹਾਂ ਦੀ ਗੱਲ ਕਰੋ ਤਾਂ ਪੜ੍ਹ ਚੈੱਕ ਕਰੋ, ਕਰੋ ਜੀ ਚੈੱਕ ਪੜ੍ਹ। ਸਾਜੀ ਕੱਟੇ ਕਿਉਂ ਜੇ? ਜੋੜਿਆਂ ਦੇ ਕਬੂਤਰ ਨੇ ਨਾ, ਅੱਡਾ ਇਹਦੇ ਨਹੀਂ ਹੈ। ਸਾਜੀ ਕੋਈ ਸੈਟਅਪ ਕਮਰਾ ਬਣਾਓ ਵਿੱਚ, ਕਬੂਤਰ ਠੱਪੇ ਮਾਰਨ ਉੱਡਣ ਇੱਧਰ ਉੱਧਰ। ਸੈਟਅਪ ਬਣਿਆ ਹੈ, ਅਗਲਾ ਪਿੱਛੋਂ ਵਿਊ ਆਉਂਦਾ ਇਹਨਾਂ ਨੂੰ, ਸੈਟਅਪ ਵੇਖੋ ਬਣਾਇਆ ਹੈ। ਕਮਰੇ 'ਚ ਕਬੂਤਰ ਨੇ ਉਸਤਾਦ ਨਾਂ ਦੇ, ਇਹ ਜਾਲ ਰੱਖਿਆ 5 ਫੁੱਟਾ ਜਾਲ ਆ, ਨਿੱਕੇ ਜਾਲ ਨੇ। ਉਸ ਤੋਂ ਬਾਅਦ ਇਹ ਖੁੱਡੇ ਨੇ, ਇੱਥੇ ਉਸਤਾਦ ਰੀਜਰ ਹੈ ਨਾ, ਜਾਨਵਰ ਛੱਡਦੇ ਨੇ ਉੱਡਣ ਉਡਾਣ ਵਾਲੇ। ਪਿਛਲੇ ਜੋੜੇ ਜਿਹੜੇ ਨਾ, ਪਿੱਛੇ ਜਿਹੜੇ ਨਾ, ਉਹ ਸਾੜੀ ਨੇ ਸਾੜੇ, ਉਹ ਬੰਦ ਨੇ ਹਾਲੇ ਗਰਮੀ। ਅੱਛਾ ਅੱਛਾ ਉਸਤਾਦ ਜੀ। ਅਤੇ ਇਹਦਾ ਦੂਜਾ ਪਰ ਚੈੱਕ ਕਰੋ, ਜਿਹੜਾ ਨਾ ਹੱਥੋਂ ਨਿਕਲਦਾ ਪਿਆ ਹੋਊਗਾ, ਇਹਨੇ ਦਿੱਤੇ ਨੇ ਬੱਚੇ, ਬੱਚੇ ਕੱਢੇ ਨੇ ਨਾ ਆਂਡੇ ਆਂਡਿਆਂ 'ਚ, ਅਤੇ ਜਿਹੜਾ ਨਾ ਆਂਦਾ ਫਟਾਫਟ ਪਹੁੰਚੀ ਹੈ, ਠੀਕ ਹੈ? ਅਤੇ ਸਾਜੀ ਕੋਈ ਇਹਦੇ ਬੱਚੇ ਵੀ ਉਡਾਏ ਜਾਂ ਕਢਵਾਏ ਵੀ ਕਿ ਨਹੀਂ? ਨਹੀਂ ਨਹੀਂ, ਅਸੀਂ ਤਾਂ ਇਹਨੂੰ ਵੇਸਟ ਕੀਤਾ ਸੀ। ਅੱਛਾ। ਉਹ ਇੱਕ ਉਸਤਾਦ ਆਏ ਨੇ। ਅੱਛਾ ਅੱਛਾ। ਅਤੇ ਉਹਨਾਂ ਆ ਕੇ ਕਿ ਉਹਨੇ ਕਿਹਾ ਬੜੇ ਨਿਆਬ ਨੇ ਦੋਵੇਂ, ਅਤੇ ਜਿਹੜਾ ਨਾ ਬੱਚੇ ਕਢਾ ਕੇ ਚੈੱਕ ਕਰੋ, ਬੱਚੇ ਕਢਾਏ ਨੇ ਪਹਿਲੇ, ਪਹਿਲਾਂ ਇਹਦਾ ਜਿਹੜਾ ਨਾ ਨਿਕਲਿਆ ਹਾਲੇ। ਅੱਛਾ, ਬੱਚਿਆਂ ਦਾ ਸ਼ੋਅ ਕਰਾਓਗੇ ਆਵਾਮ ਨੂੰ ਕਿ ਨਹੀਂ? ਬੱਚਿਆਂ ਦਾ ਵੀ ਕਰਾਵਾਂਗੇ, ਟੈਨਸ਼ਨ ਨਾ ਲਵੋ, ਖੁੱਲ੍ਹਾ ਟਾਈਮ। ਉਸਤਾਦ ਦਾ ਸ਼ੋਅ ਕਰਾਉਂਦੇ ਨਹੀਂ ਆਇਆ ਤੁਸੀਂ, ਮੈਂ ਵੇਖਿਆ ਖੁੱਲ੍ਹੇ ਦਿਲ ਦੇ ਮਾਲਕ ਹੋ ਤੁਸੀਂ, ਜਿਹਦਾ ਬੰਦਾ ਜਿੰਝ ਆਖੇ ਉਂਝ ਕਰ ਲੈਂਦੇ। ਅਸੀਂ ਤਾਂ ਕਹਿੰਦੇ ਹਾਂ ਸਪੋਰਟ ਕਰੀਏ ਨਵੇਂ ਯੂਜ਼ਰਾਂ ਨੂੰ, ਠੀਕ ਹੈ? ਅੱਛਾ ਅੱਛਾ। ਅਸੀਂ ਇਹਨੇ ਨਵੇਂ ਯੂਜ਼ਰਾਂ ਨੂੰ ਸਪੋਰਟ ਕਰੀਏ, ਅਸੀਂ ਇਹ ਨਹੀਂ ਹੈ ਕਿ ਸ਼ੈਵਾਂ ਦੇ ਉੱਤੇ ਸੱਪ ਬਣ ਕੇ ਬਹਿ ਜਾਈਏ। ਜੇ ਦੋਸਤ ਦਰਾਜ ਨੂੰ ਸ਼ੈ ਪਸੰਦ ਆਉਂਦੀ ਹੈ ਸਾਡੇ ਕੋਲ, ਦੁੱਧ ਪੱਤੀਆਂ ਚਾਹਵਾਂ ਛਾਵਾਂ ਪਿਆਵਾਂਗੇ ਉਹਨਾਂ ਨੂੰ। ਸਾਜੀ ਪਿਓਰ ਇੰਡੀਆ ਨੇ, ਪਿਓਰ ਇੰਡੀਆ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਆ। ਮੈਂ ਤਾਂ ਸੁਣਿਆ ਜਿਹੜੇ ਪਿਓਰ ਇੰਡੀਅਨ ਹੁੰਦੇ ਨੇ ਉਹਨਾਂ ਦੇ ਬੱਚੇ ਰੰਗ ਭਰੰਗੇ ਵੱਜਦੇ ਨੇ, ਅਤੇ ਇਹਦੇ ਬੱਚੇ ਰੰਗ ਭਰੰਗੇ ਨੇ ਕਿ ਨਹੀਂ? ਇਹਦੇ ਬੱਚੇ ਰੰਗ ਹੁਣ ਤੁਹਾਨੂੰ ਇਹ ਨੜ ਵਹਾੜਿਆ ਨਾ, ਇਹਨੇ ਵਹਾਂਗੇ ਮਾਦੀ ਵੀ। ਸਹੀ ਹੈ, ਤੁਸੀਂ ਦੋਵੇਂ ਛਾਵਾਂ ਚੈੱਕ ਕਰੇ, ਅਤੇ ਅੱਗੋਂ ਬੱਚੇ ਚੈੱਕ ਕਰੇ ਬੱਚੇ ਕੀ ਛਾਵਾਂ ਨਿਕਲੇ। ਅੱਛਾ ਅੱਛਾ, ਮਾਸ਼ਾ ਅੱਲਾ ਮਾਸ਼ਾ ਅੱਲਾ। ਚਲੋ ਫਿਰ ਪੜ ਵਹਾਏ ਨੇ, ਪੰਜੇ ਛੰਜੇ ਦੁਮ ਛੁਮ ਵਹਾਓ, ਪੰਜੇ ਚੈੱਕ ਕਰੋ ਜੀ, ਚੈੱਕ ਕਰੋ ਪੰਜੇ। ਬਿਲਕੁਲ ਜੀ, ਕੀ ਬਾਤ, ਪੰਜੇ ਇੰਝ ਖੁਸ਼ਕ ਹੋਏ ਨੇ ਜਿਵੇਂ ਸਦੀਆਂ ਹੋ ਗਈਆਂ ਨੇ ਪਾਣੀ ਨਹੀਂ ਪੀਤਾ ਇਹਨੇ। ਸਾਰੀ ਬਾਤ ਹੀ ਹੁਣ ਗਰਮੀ ਦਾ, ਅੱਜ ਕੱਲ੍ਹ ਮੌਸਮ ਆ ਗਿਆ, ਜਿੰਨਾ ਪਾਣੀ ਪੀਓ ਘੱਟ, ਬੰਦ ਕੀਤੇ ਸਨ ਖੋਲ੍ਹੇ ਨੇ, ਅਤੇ ਜਿਹੜਾ ਨਾ ਹੋਣਾ। ਅੱਛਾ ਅੱਛਾ। ਅਤੇ ਦੁੰਮ ਚੈੱਕ ਕਰੋ ਇਹਦੀ,
ਦੋਮ ਉਸਤਾਦ ਜੀ ਤੁਸੀਂ ਖੋਲ੍ਹ ਕੇ ਵਿਖਾ ਰਹੇ ਹੋ, ਜਿਹੜੇ ਉਸਤਾਦ ਜ਼ਾਤ ਹੈ ਜਿਹਦਾ ਸਾਡੇ ਯੂਜ਼ਰ ਪਰੇਸ਼ਾਨ ਹੋਣਗੇ, ਕਬੂਤਰ ਦੇ ਆਉਂਦੇ ਨੇ ਦੁੰਮ ਬੰਦ ਹੋਣੀ ਚਾਹੀਦੀ ਹੈ, ਤੁਸੀਂ ਭੈਣ ਦੋਮ ਹੀ ਖੋਲ੍ਹ ਛੱਡੀਏ ਸਾਰੀ। ਅਸੀਂ ਗੱਲ ਪਤਾ ਕੀ ਹੈ, ਅਸੀਂ ਬੜੀਕੀ ਜੇ ਆ ਕੇ ਸ਼ੋਕ ਕਰਦੇ ਹਾਂ, ਅੱਛਾ ਅੱਛਾ, ਉੱਤੋਂ ਨਹੀਂ ਕਰਦੇ ਆ। ਤਾਂ ਜੀ ਉਹ ਬੱਚਾ ਔਡਰ ਨੇ ਦੋਏ ਅਵਕਾਰ ਦੇ ਜੇ ਇਹ ਮਹੀਨੇ ਨੇ ਡਾਏ, ਤੁਸੀਂ ਤਾਂ ਨਹੀਂ ਭੇਜਿਆ ਕਿੱਧਰੇ। ਹਾਂ ਵੇਖੋ ਨਾ ਉਹ ਇਹ ਉਸਤਾਦ ਇਹਨਾਂ ਨੂੰ ਮਹਾਨਾ ਦੋਸਤਾਂ ਨੂੰ ਇਹ ਬੱਚੇ ਉਹਨੂੰ ਭੇਜੇ ਸਨ, ਤਕਰੀਬਨ 20-25 ਬੱਚੇ ਭੇਜੇ। ਤਾਂ ਜੀ ਇਹ ਉਹ ਬੱਚੇ ਨੇ ਜਿਹੜੇ ਉਹਨੇ ਤੁਹਾਡੇ ਕੋਲ ਮੰਗ ਕੇ ਲਏ ਸਨ, ਇਹ ਮੈਨੂੰ ਉਹ ਹੀ ਲੱਗ ਰਹੇ ਨੇ। ਉਹ ਚਾਵਲ ਮਾੜੀ ਸੀ ਨਾ ਪਹਿਲਾਂ, ਆਉਂਦਾ ਸੀ ਬੱਚੇ ਖੱਚਾ ਨੇ ਤਾਂ ਵਾਧੋ ਜਿਹੜਾ ਤਰਲੇ ਕਰਦਾ ਫਿਰਦਾ ਸੀ। ਨਹੀਂ ਨਹੀਂ ਉਹੀ ਨੇ, ਉਹੀ ਨੇ ਪੱਕੀ ਗੱਲ ਹੈ, ਉਹ ਜਿਹੜਾ ਕਲਦੁੰਬਾ ਬੱਚਾ ਉੱਡਣ ਦਿਆ ਨਾ ਉਹੀ ਬੱਚਾ ਹੈ। ਉਹ ਵੇਖੋ ਨਾ ਉਹਦੇ ਜਾਲ 'ਤੇ, ਉਹ ਜਾਲ 'ਤੇ ਬਹਿਣ ਲੱਗਿਆ ਹੁੰਦੇ ਇਹਦੀ ਅੱਖ ਜਿਹੜੀ ਸੀ ਨਾ ਚਿੱਟੀ ਸਵੈਟਰ। ਹਾਂ ਜਾਲ ਜ਼ਰਾ ਦੂਰ ਹੈ ਅਤੇ ਬੱਚਾ ਵਿੱਚ ਨਹੀਂ ਆ ਰਿਹਾ ਹੈ, ਲੇਕਿਨ ਹੈ ਉਹ ਹੀ ਹੈ, ਗਰੰਟੀ ਵਾਲੀ ਗੱਲ ਹੈ। ਇੰਨੀ ਉਹ ਹੀ ਬੱਚਾ ਹੈ, ਸਾਨੂੰ ਪਹਿਚਾਣ ਅਸੀਂ ਇੱਕ ਵਾਰੀ ਵੇਖ ਲਿਆ ਬਸ ਪਤਾ ਲੱਗ ਗਿਆ ਕੀ ਸ਼ੈ ਵੇ, ਅਤੇ ਅੱਲਾ ਤੁਹਾਡਾ ਭਲਾ ਕਰੇ। ਅਤੇ ਮਾਦੀ ਤੁਸੀਂ ਨਰ ਤਾਂ ਵੇਖ ਲਿਆ, ਤੁਹਾਨੂੰ ਕਰਾਉਂਦੇ ਮਾਦੀ ਦਾ ਸ਼ੌਕ, ਮੈਂ ਜਲਦੀ ਜਲਦੀ ਇਹਨੂੰ ਛੱਡਾਂ ਅਤੇ ਜਾਏ ਪਿੰਜਰੇ 'ਚ। ਅੱਛਾ ਜਾ ਕੇ ਜਿਹੜਾ ਨਾ ਆਪਣੇ ਬੱਚੇ ਛੱਡ ਕੇ ਆਵਾਂ ਜ਼ਰਾ। ਆਹ ਮੈਂ ਛੱਡ ਕੇ ਆਇਆ ਲਾ ਕੇ ਤੁਹਾਨੂੰ ਜਿਹੜਾ ਨਾ, ਆਓ ਜਰਾ ਇੱਧਰ ਦੋਸਤ ਦੱਸ ਦਿਓ ਉਹ ਵੀ ਆਓ ਕੀ ਹਿਸਾਬ। ਮਾਦੀ ਆ ਸ਼ੋਕ ਨਹੀਂ ਕਰਾਇਆ ਤੁਸੀਂ ਦੋਸਤਾਂ ਨੂੰ, ਟੈਡੀ ਕਬੂਤਰੀ ਖਲੋਤੀ ਦੋਸਤ ਹਜ਼ਾਰ ਪਿੰਜਰੇ ਚ ਵੇਖੋ, ਆਹ ਟੈਡੀ ਕਬੂਤਰੀ ਖਲੋਤੀ ਆ, ਮਾਸ਼ਾਅੱਲਾ ਮਾਸ਼ਾਅੱਲਾ। ਸਾਰੇ ਬੱਚਾ ਘਰ ਦਾ ਹੀ ਨਿਕਲਿਆ ਉਸਤਾਦ ਜੀ? ਅਸੀਂ ਬਾਹਰ ਦੇ ਬੱਚੇ ਰੱਖਦੇ ਨਹੀਂ, ਅਸੀਂ ਲੋਕਾਂ ਨੂੰ ਦੇਣੇ ਆ, ਲੋਕਾਂ ਕੋਲ ਲੈਂਦੇ ਨਹੀਂ ਆ। ਚਲੋ ਫਿਰ ਤਸੱਲੀ ਦੇ ਨਾਲ ਦੋਸਤਾਂ ਨੂੰ ਕਰਾਇਆ ਇਹਨਾਂ ਸ਼ੌਕ ਕਰਾਵਾਂਗੇ ਇਨਸ਼ਾਅੱਲਾ। ਜਿਹੜਾ ਆਓ ਤੁਸੀਂ ਵਾਪਸ ਆਪਣੇ ਕਰ ਰਹੇ ਸਾਡਾ ਚੈਨਲ। ਅੱਛਾ ਅੱਛਾ, ਸਾਰੀ ਹਰ ਸ਼ਹਿਰ ਚੈਨਲ 'ਤੇ ਹੈਗੀ, ਟੈਨਸ਼ਨ ਨਹੀਂ ਲੈਣੀ। ਇੱਕ ਇੱਕ ਸ਼ਹਿਰ ਦਾ ਸ਼ੌਕ ਤੁਸੀਂ ਕਮੈਂਟ ਕਰੋ ਕਿ ਕਿਹੜੇ ਜਾਨਵਰ ਦਾ ਤੁਸੀਂ ਸ਼ੌਕ ਕਰਨਾ, ਉਸ ਹਿਸਾਬ ਦੇ ਨਾਲ ਤੁਹਾਨੂੰ ਸ਼ੌਕ ਕਰਾ ਦਾਂਗੇ। ਅਤੇ ਉਹਨੇ ਦੀ ਕੱਢਣੀ ਆ ਮਾਦੀ, ਅਤੇ ਮਾਦੀ ਭਰੀ ਚੋਈ ਸਾਹਿਬ ਕਿੱਥੇ ਵਾਲ ਛੜੇ ਜੇ, ਹੱਥ ਹੀ ਨਹੀਂ ਪੈਂਦਾ ਪਿਆ। ਸਰ ਮੈਂ ਕੱਢ ਦਿਆਂ? ਨਹੀਂ ਨਹੀਂ ਕੱਢ ਲੈਂਦੇ ਹਾਂ, ਇੰਨੀ ਵੀ ਨਹੀਂ ਗੱਲ ਹੈ। ਵੇਖਿਆ ਆਈ ਸਾਹਿਬ ਲਾਤੀ ਨਾ ਤੋੜ ਦਿਆ। ਨਹੀਂ ਨਹੀਂ ਤੋੜ ਦੇ ਸਭ, ਪਸੀਨਾ ਆ ਗਿਆ ਤੁਹਾਨੂੰ, ਗਰਮੀ ਤਾਂ ਆਈ ਨਹੀਂ ਆਈ ਦੀ। ਦੇਸੀ ਘਿਓ ਤਾਂ ਨਹੀਂ ਖਾ ਕੇ ਆਏ ਕਿਧਰੇ? ਪਿੰਡ ਗਏ ਸਾ ਭਾਈ, ਦੋਸਤ ਹਜ਼ਰਾਤ ਆਏ ਸਨ, ਉਹਨਾਂ ਨੂੰ ਬੱਚੇ ਦੇਣਗੇ ਅਸਾਂ ਦੋ। ਅੱਛਾ ਅੱਛਾ, ਅਸੀਂ ਕਿਸੇ ਦੇ ਹੱਥ ਹੀ ਨਹੀਂ ਭੇਜਦੇ ਆ। ਵਾਮ ਜਿਹੜੀਆਂ ਨੇ ਏਡੀਆਂ ਕਰ ਜਾਂਦੀ, ਇਹ ਹੁੰਦਾ ਕਿ ਅਸੀਂ ਬੱਚੇ ਟੈਡੀਆਂ ਦੇ ਭੇਜੇ ਨੇ, ਅੱਗੇ ਉਹ ਕਾਲਿਆਂ ਦੇ ਪਹੁੰਚੇ ਹੁੰਦੇ ਨੇ। ਆਏ ਵੀ ਆ ਵਿੱਚ ਵਾਮ ਜਿਹੜੀਆਂ ਨੇ ਵਿੱਚੋਂ ਬੱਚੇ ਜਿਹੜਾ ਨਾ ਰੱਦ ਬਦਲ ਕਰ ਜਾਂਦੀ ਹੈ। ਅਤੇ ਇਹ ਜੇ ਮਾਦੀ, ਅੱਛਾ ਅੱਛਾ, ਇਹਦਾ ਪਹਿਲਾਂ ਮੁਕੰਮਲ ਜਿਹੜਾ ਨਾ ਚੈੱਕ ਕਰੋ, ਜ਼ੂਮ ਕਰਾ ਕੇ ਚੈੱਕ ਕਰੋ। ਉਸਤਾਦ ਜਿੱਥੇ ਇਹ ਜ਼ੂਮ ਕਰੀਏ ਦੋਸਤ ਜਿਹੜਾ ਨਾ ਵਿਊ ਵੇਖਣ ਮਾਦੀ ਦਾ, ਓਏ ਹੋਏ ਹੋਏ ਚੈੱਕ ਕਰੋ ਉਸਤਾਦ ਜੀ, ਇੱਥੇ ਐਡੀ ਦੂਰ ਕੀਤੀ ਹੈ ਲੇਕਿਨ ਆਹ ਖਿੰਜ ਆ ਰਹੀ ਹੈ। ਇਹ ਉਸਤਾਦ ਜੀ ਕਮੱਗਰਾਂ 'ਚ ਤਾਂ ਨਹੀਂ ਕਿੱਧਰੇ ਮਾਦੀ? ਕਮੱਗਰਾਂ 'ਚ ਹੋ ਜਾਣਾ, ਕਿਉਂਕਿ ਕਮੱਗਰ ਕਮੱਗਰਾਂ 'ਚ ਹੋਏ, ਕੋਈ ਆਉਂਦਾ ਡਾਂਪੁਰੀਆਂ 'ਚ ਹੋਏ, ਅਤੇ ਸਾਨੂੰ ਜਿੱਥੋਂ ਤੱਕ ਪਤਾ ਇੰਡੀਅਨ ਸਲੇਟੇ ਨੇ, ਇੰਡੀਅਨ ਸਲੇਟੇ ਕਮੱਗਰਾਂ 'ਚ ਨੇ ਉਸਤਾਦ ਜੀ। ਜਿਹੜੇ ਰਾਮਪੁਰੀ ਹੁੰਦੇ ਨੇ ਨਾ, ਮੈਂ ਸੁਣਿਆ ਰਾਮਪੁਰੀਆਂ ਦੀਆਂ ਅੱਖਾਂ ਹੁੰਦੀਆਂ ਨੇ ਚਿੱਟੀਆਂ, ਇਹ ਅੱਖ ਸੁਰਖ ਲਾਲ ਸੂਈ ਹੈ, ਯਾਨੀ ਕਿ ਇਹ ਕਮੱਗਰ ਕਮੱਗਰਾਂ ਦੇ ਵਿੱਚੋਂ ਇਹ ਕਬੂਤਰੀ। ਨਰ ਦੀ ਅੱਖ ਵੇਖ ਲੈਣੀ ਸੀ ਉਹਦੇ 'ਚ, ਉਹ ਕਿਹੜਾ ਲਾਲ ਸੀ, ਉਹ ਰਾਮਪੁਰੀ 'ਚ ਆਈ ਜਾਂਦੇ ਨੇ। ਐਂ ਵੇਖ ਕੇ ਗੱਲਾਂ ਕਬੂਤਰੀ ਮੈਂ ਹਾਜੀ ਸਾਹਿਬ ਦੇ ਘਰ ਵੀ ਵੇਖੀ ਸੀ, ਏਡਾ ਲਾਲ ਧੁਆਣਾ ਨੀ ਹੁੰਦਾ ਜਿੱਡਾ। ਮਾਸ਼ਾਅੱਲਾ ਵੇਖੋ, ਇਹ ਫੁੱਲ ਜ਼ੂਮ ਕਰਕੇ ਵਿਖਾਉਂਦੇ ਆ ਦੋਸਤਾਂ ਨੂੰ, ਨਿੱਕਾ ਜਿਹਾ ਡੇਲਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਇਹਨੇ ਸ਼ਾਮਾਂ ਤੱਕ ਉੱਡਣ ਵਾਲੇ, ਠੀਕ ਹੈ।
ਸਰ ਜੀ ਅਕਸਰ ਦੋਸਤ ਹਜ਼ਰਾਤ ਆਉਂਦੇ ਨੇ, ਜਿੰਨੀ ਅੱਖ ਲਾਲ ਹੋਏ ਕਬੂਤਰ ਟੁੱਟ ਜਾਂਦਾ, ਤੁਹਾਡੇ ਇਹਦੇ ਬਾਰੇ ਕੀ ਰਾਏ? ਕਬੂਤਰ ਜਾਂਦਾ ਨਹੀਂ ਹੈ, ਗੱਲ ਪਤਾ ਕੀ ਹੈ, ਗੱਲ ਹੁੰਦੀ ਹੈ ਉਸਤਾਦੀ ਕਰਨ ਦੀ ਕਬੂਤਰ ਡਾਣ ਦੀ। ਹਾਂਜੀ ਐਕਸਪੀਰੀਅੰਸ ਹੋਣਾ ਚਾਹੀਦਾ ਕਿ ਕਬੂਤਰ ਨੂੰ ਕਿਵੇਂ ਡਾਣਾ, ਕੀ ਹਿਸਾਬ ਕਿਤਾਬ ਕਰਨਾ। ਹੁਣ ਬੜੇ ਦੋਸਤ ਹਜ਼ਰਾਤ ਐਸੇ ਵੇਖੇ ਨੇ, ਹੁਣ ਕੱਲ੍ਹ ਕੀ ਹੋਇਆ, ਇੱਕ ਬਾਜ਼ੀ 'ਚ ਕਬੂਤਰੀ ਉੱਡੀ, ਉਹਨੇ ਪਾਣੀ ਪੀਣਾ ਸੀ, ਲੇਕਿਨ ਬਾਹਰ ਪਾਣੀ ਪਿਆ, ਜਾਲ 'ਤੇ ਬਹਿ ਗਈ। ਅਸੀਂ ਕਿਹਾ ਕਿ ਐਵੇਂ ਪਾਣੀ ਪੀਆ, ਅਸੀਂ ਉਹਨੂੰ ਵਿੱਚ ਸੱਟ ਲਈਏ, ਠੀਕ ਹੈ, ਪਾਣੀ ਪੀਏਗੀ ਫਿਰ ਜਿਹੜਾ ਹੋ ਜਾਏਗੀ ਬਿਮਾਰ, ਅਸੀਂ ਉਹਨੂੰ ਵਿੱਚ ਸੱਟਿਆ, ਪਲਟਾਈ ਨਹੀਂ ਹੈ ਯਾਨੀ ਕਿ ਫੋਰਨ ਉਹਨੂੰ ਵਿੱਚ ਸੱਟਿਆ, ਉਹ ਸਾਡਾ ਇੱਕ ਬੱਚਾ ਉੱਡ ਗਿਆ ਡਰ ਕੇ। ਅੱਛਾ ਅੱਛਾ, ਬੱਚਾ ਰਹਿ ਗਿਆ ਜੀ? ਬੱਚਾ ਰਹਿ ਗਿਆ, ਰਾਤ ਰਹਿ ਗਿਆ ਬੱਚਾ, ਤਾਂ ਬੜਾ ਕੰਮ ਖਰਾਬ ਹੋ ਗਿਆ। ਅਸੀਂ ਦੋ ਪੜਾ 'ਤੇ ਸੀ, ਨਹੀਂ ਉਹ ਬਾਕੀ ਬੱਚਾ ਜਿਹੜਾ ਬੱਚੇ ਮੈਂ ਤੁਹਾਡੇ ਘਰ ਦਾ ਉਹ ਚੈੱਕ ਕੀਤਾ ਸੀ। ਚਲੋ ਕੋਈ ਨਹੀਂ, ਜੇ ਅਗਲੇ ਘਰ ਜਾਏਗਾ ਕਰੀ ਪਈ, ਇਹਨੂੰ ਕੋਈ ਸ਼ਹਿਰ ਚਾਹੀਦੀ ਹੋਈ, ਰਾਬਤਾ ਕਰ ਲਏਗਾ ਸਾਡੇ ਨਾਲ, ਸ਼ੌਕ ਸਾਡਾ ਵਧੀਆ ਹੀ ਹੈ। 40-50 ਹਜ਼ਾਰ ਦੇ ਦਿਓਗੇ ਨਾ ਬੱਚੇ ਦਾ? ਕੋਈ ਨਹੀਂ, ਗੱਲ ਦੇ ਦਾਂਗੇ, ਘੁੱਗੀ ਬੈਠੀ ਇਹਨੂੰ ਤਾਂ ਬੋਲੋ। ਤਾਂ ਜੀ ਘੁੱਗੀਆਂ ਬਾਅਦ 'ਚ ਫੜਨੇ ਆ, ਮੈਂ ਨਾ ਪਹਿਲੇ ਸ਼ੌਕ ਕਰਵਾਓ ਦੋਸਤਾਂ ਨੂੰ, ਅਸਲੀ ਕੰਮ ਲਾਓ। ਚਲੋ ਸ਼ੌਕ ਕਰਾ ਦਿੰਦੇ ਹਾਂ, ਤੱਕੋ ਜੀ ਪੜ੍ਹ ਵੇਖੋ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਆਂਦੇ ਨੇ ਜਿਹੜੀ ਬਾਹਰਲੀ ਕੰਨੀ ਹੁੰਦੀ ਹੈ ਨਾ, ਉਸ ਤੋਂ ਸੈਕਿੰਡ ਕਲਾਸ ਪੜ੍ਹ ਤੋਂ ਨਿੱਕੀ ਹੋਣੀ ਚਾਹੀਦੀ ਹੈ ਵੇਖ ਲਓ। ਅਤੇ ਉਸਤਾਦ ਜੀ ਪੜ੍ਹ ਵੀ ਇਹਦੇ ਗੁਲਾਈ ਦੇ ਵਿੱਚ ਨੇ ਜੀ, ਗੋਲ ਪਰ ਕਬੂਤਰ ਸਿੱਧੇ ਪਰਾਂ ਦਾ ਲਾਇਆ ਇਹ ਨਾਲ? ਨਹੀਂ ਕਬੂਤਰ, ਹਾਂਜੀ ਕਬੂਤਰ ਸਿੱਧੇ ਪਰਾਂ ਦਾ ਗੁਲਾਈ ਦੇ ਵਿੱਚ। ਦੋਸਤਾਂ ਨੂੰ ਦੱਸੋ ਨਾ ਕਿ ਜੋੜਾ ਲਾਉਣ ਦਾ ਤਰੀਕਾ, ਬਲਕਿ ਉਹ ਡਿਟੇਲ ਦੇ ਆਏ ਇੱਕ ਦਿਨ ਜੋੜੇ, ਇੱਕ ਦਿਨ ਦਾਂਗੇ ਲਾਜ਼ਮੀ ਦਾਂਗੇ, ਜੋੜਾ ਲਾਉਣ ਦਾ ਤਰੀਕਾ ਦੱਸਣਾ ਦੋਸਤਾਂ, ਜੋੜਾ ਲਾ ਕੇ ਵਿਖਾਵਾਂਗੇ ਤੁਹਾਨੂੰ, ਠੀਕ ਹੋ ਗਿਆ। ਅਤੇ ਹੁਣ ਤੁਹਾਨੂੰ ਇੱਕ ਗੱਲ ਦੱਸੀਏ, ਕਬੂਤਰ ਸਿੱਧੇ ਪਰ ਵਾਲਾ ਅਤੇ ਪਰ ਗਲਾਈ 'ਚ ਨੇ, ਇੱਥੇ ਬੱਚਿਆਂ ਦੇ ਇੱਕ ਸਾਈਡ ਵਾਲਾ ਪਰ ਗਲਾਈ 'ਚ ਅਤੇ ਇੱਕ ਸਾਈਡ ਵਾਲਾ ਸਿੱਧਾ, ਇਸ ਹਿਸਾਬ ਦੇ ਬੱਚੇ ਨਿਕਲੇ ਨੇ। ਅੱਛਾ ਅੱਛਾ, ਠੀਕ ਹੈ। ਕਬੂਤਰ ਛੜਾ ਵੀ ਛਾਤੇ ਗੋਲ ਅਤੇ ਜਾਨ ਵੀ ਬੁਲੰਦੀ ਆ, ਇਹ ਚੈੱਕ ਕਰੋ ਜੀ, ਪੰਜੇ ਫੜ ਕੇ ਜ਼ਰਾ ਚੈੱਕ ਕਰਾਓ ਦੋਸਤਾਂ ਨੂੰ, ਪੰਜੇ ਚੈੱਕ ਕਰੋ, ਖੁਸ਼ਕ ਪੰਜੇ ਨੇ ਅੱਜ, ਜਿਵੇਂ ਸਹੀ ਹੋ ਗਿਆ ਉਸਤਾਦ ਜੀ। ਦੁਮ ਚੈੱਕ ਕਰਵਾਓ ਜ਼ਰਾ, ਦੋਮ ਉੱਤੋਂ ਦੀ ਚੈੱਕ ਕਰਵਾਓ, ਉੱਤੋਂ ਸਿੱਧੀ ਗੱਲ ਹੈ, ਪਰ ਜ਼ਰਾ ਸਾਈਡ 'ਤੇ ਕਰੋ ਦੋਵੇਂ ਹੀ, ਐਂਜ ਹੈ ਦੋਮ 'ਚ ਹੈ, ਵੇਖੋ ਨਾ ਦੋਸਤੋ ਹੈ ਬੰਦ ਦੋਵੇਂ ਬਿਲਕੁਲ ਇੱਕ ਪਾਰੇ, ਜ਼ਰਾ ਉਸਤਾਦ ਰਾਂ ਨੇ ਫੜੀ ਹੈ ਕਬੂਤਰੀ ਨੇ ਡਰ ਕੇ, ਡੇਢ ਪਾਰ ਕੀਤਾ ਨਹੀਂ ਤਾਂ ਦੋਵੇਂ ਇੱਕ ਪਾਰੀ ਹੈ। ਅੱਗੇ ਤੁਸੀਂ ਪੁੱਛ ਰਹੇ ਹੋ ਨਾ ਕਿ ਜਿਹੜਾ ਨਾ ਦੋ ਬੰਦ ਵਾਲੇ ਜਿਹੜੇ ਹੁੰਦੇ ਨੇ ਉਹ ਚੱਲਦੇ ਨੇ, ਮੈਂ ਵੇਖ ਲਓ, ਉਹ ਮੈਂ ਉਂਝ ਖੋਲ ਕੇ ਲਾਏ ਸੀ, ਹਾਂਜੀ ਦੋਸਤ ਪੜ੍ਹ ਗਏ ਨੇ ਸਹੀ। ਅੱਛਾ ਜੀ, ਇਹਨਾਂ ਦੇ ਬੱਚੇ ਨਿਕਲੇ ਨੇ, ਅੱਖਾਂ ਮਾਂ ਤੇ ਲੈ ਗਏ ਨੇ ਪਿਓ ਤੇ, ਇਹ ਹਾਲੇ ਤੇ ਸਾਫ ਕਰਦੇ ਵੀ ਨੇ ਅੱਖਾਂ, ਮੈਨੂੰ ਲੱਗਦਾ ਇਹ ਜਿਹੜਾ ਤੁਸੀਂ ਅੱਗੇ ਮੈਨੂੰ ਸ਼ੋਕ ਕਰਾਇਆ, ਇੱਕ ਦੀ ਅੱਖ ਮਾਂ ਤੇ ਟੁੱਟ ਗਈ, ਇੱਕ ਦੀ ਪਿਓ ਤੇ ਟੁੱਟ ਗਈ, ਉਹ ਕਰਾਉਂਦੇ ਆ ਦੋਸਤ ਬੱਚਿਆਂ ਦਾ ਸ਼ੋਕ। ਅੱਛਾ ਅੱਛਾ ਅੱਛਾ, ਉਹ ਇੱਥੇ ਕਬੂਤਰ ਲਗਾ ਫਿਰਦਾ, ਉਹ ਕਿੱਥੋਂ ਆਇਆ, ਉਹ ਮੈਂ ਨਹੀਂ ਵੇਖਿਆ ਹਾਲੇ ਤੱਕ। ਕਿਹੜਾ ਉਸਤਾਦ ਜੀ, ਉਹ ਜਿਹੜਾ ਵਿੱਚ ਕਨਾਲੀ ਦਾ ਖਲੋਤਾ ਲੂੰਡਾ? ਨਹੀਂ ਨਹੀਂ ਲੂੰਡਾ ਨਹੀਂ, ਆ ਨਾਲ ਜਿਹਾ ਪਿੱਛੇ ਲੁਕਿਆ ਹੈ, ਚਮਕਾਲੇ ਵੱਜੇ ਛੇੜ ਛੂੜ ਦੋ, ਮੌਸਮ ਨਹੀਂ ਨਹੀਂ ਕੋਈ ਮੌਸਮ ਦੀ ਟੈਨਸ਼ਨ ਨਹੀਂ ਆ ਉਸਤਾਦ ਜੀ, ਤੁਹਾਡੇ ਕਬੂਤਰਾਂ ਨੂੰ ਮੈਂ ਇੰਨਾ ਭਾਵੇਂ ਮੀਂਹ ਪੈ ਜਾਏ ਟੈਨਸ਼ਨ ਨਹੀਂ ਆ ਰਹੀ, ਤੁਸੀਂ ਕਿੰਨੇ ਕੁ ਉਡਾਏ ਸਾ ਜੇ ਸੁਬਹ? ਮੈਂ ਤਾਂ ਸੁਬਹ ਸੁੱਤਾ ਸਵੇਰੇ ਭਾਈ 40 ਨੂੰ ਪੱਲਾ ਮਾਰਿਆ ਸੀ, 40 ਨੂੰ ਹਾਲੇ ਤੇ ਇੱਕ ਵੀ ਦਿਸਦਾ ਪਿਆ, 40 ਉੱਤੇ ਨੇ, ਅੱਲਾ ਖੈਰ ਕਰੇ, ਕੋਈ ਟੈਨਸ਼ਨ ਕੋਈ ਨਹੀਂ, ਅੱਜ ਨਾ ਆਣਗੇ ਤੇ ਕੱਲ੍ਹ ਆ ਜਾਣਗੇ, ਕੱਲ੍ਹ ਆਣਗੇ ਤੇ ਹਫ਼ਤੇ ਬਾਅਦ ਆ ਜਾਣਗੇ, ਉਹ ਟੈਨਸ਼ਨ ਨਹੀਂ। ਤੁਹਾਡੇ ਕਬੂਤਰ ਕੋਈ ਫੜ ਵੀ ਲਵੇ ਦੇ ਦਿੰਦਾ ਵਾਪਸ? ਇਹ ਨਹੀਂ ਤਾਂ ਗੱਲ, ਇਹਨਾਂ ਨੂੰ ਪਤਾ ਇੱਕ ਕਬੂਤਰ ਦਾਂਗੇ ਕੋਈ 50 ਬੱਚੇ ਇਹਨਾਂ ਗਿਫਟ ਕਰ ਦੇਣਾ, ਅਤੇ ਸੈਟਅਪ ਇਨਸ਼ਾਅੱਲਾ ਜਿਹੜਾ ਨਾ ਵੱਡਾ ਕਰਨਾ, ਹੁਣ ਇਹ ਜਗ੍ਹਾ ਵਾ ਉਹਦਾ ਸਾੜੀ, ਇਹ ਜਗ੍ਹਾ ਤੇ ਉਸਤਾਦ ਰਿਕਮਣਾ ਪਾਉਣ ਲੱਗੇ ਨੇ ਇੱਥੇ ਵੀ,
ਇਹ ਲੈਂਟਰ ਸਾਰਾ ਸਿੱਧਾ ਕੱਢ ਕੇ, ਪਿੱਛੇ ਦੋ ਮਰਲੇ ਦਾ ਘਰ ਹੈ ਅਤੇ ਉਹ ਕੱਢ ਕੇ ਨਾ ਲੈਂਟਰ ਸਿੱਧਾ। ਇਹ ਛੱਤ ਸਪੈਸ਼ਲ ਉਸਤਾਦ ਰਾਣੇ ਨਾਲ ਜਾ ਅਤੇ ਬਣਾਈ ਹੈ। ਇਹ ਟੱਟ ਕੇ ਇੱਥੇ ਤਿੰਨ ਕਮਰੇ ਪੈਣ ਲੱਗੇ, ਦੋ ਸਾਹਮਣੇ ਕਮਰੇ ਪੈਣ ਅਤੇ ਇੱਕ ਇੱਧਰ ਕਮਰਾ ਪੈਣ, ਠੀਕ ਹੈ। ਇੱਕ ਤੇ ਆਈਏਗਾ ਜਾਲ, ਇੱਕ ਚ ਆਈ ਜਾਣਗੇ ਸਰ ਕਬੂਤਰ ਸਾਰੇ ਜੋੜਿਆਂ ਵਾਲੇ, ਹਾਂਜੀ, ਬੱਚੇ ਕੱਢੀ ਜਾਣ ਖੁੱਲੇ, ਅਤੇ ਇੱਕ ਚ ਆਈ ਜਾਣਗੇ ਉੱਡਣ ਵਾਲੇ ਕਬੂਤਰ, ਠੀਕ ਹੈ। ਅਤੇ ਉਸ ਹਿਸਾਬ ਦੇ ਨਾਲ ਫਿਰ ਮੈਨੇਜ ਕਰ ਲਵਾਂਗੇ ਆਹਿਸਤਾ ਆਹਿਸਤਾ, ਸ਼ੋਪ ਵਧਾਉਣਾ ਸਾਰੀ ਬਾਤ ਹੈ। ਇਹ ਜਿਹੜਾ ਨਾ ਹਾਲੇ ਸੈਟਅਪ ਜਿਹੜਾ ਨਾ ਤਾਂ ਕਲੋਜ਼ ਕੀਤਾ ਹੈ ਕਿ ਜਿਹੜਾ ਨਾ ਵੱਡੇ ਭਾਈ ਚੱਲੇ ਸਨ ਯੂਕੇ, ਅੱਛਾ ਅੱਛਾ, ਅਤੇ ਜਿਹੜਾ ਨਾ ਇਨਵੈਸਟ ਸਾਰੀ ਉੱਧਰ ਕਰਤੀ, ਹੁਣ ਉਹ ਵਾਪਸ ਆ ਰਹੇ ਨੇ ਅੱਜ ਰਾਤੀ, ਉਹਨਾਂ ਨੂੰ ਲੈਣ ਜਾਣਾ, ਕਰਾਇਆ ਸੀ ਪਹਿਲਾਂ ਕੈਰੀ ਡੱਬਾ, ਅੱਛਾ, ਠੀਕ ਹੈ। ਉਹ ਫਿਰ ਮੁਨਾਸਿਬ ਨਹੀਂ ਸਮਝਿਆ, ਹੁਣ ਸੀ ਵੀ ਕਰਾਉਣ ਚੱਲੇ। ਮੈਂ ਨਾ ਵਿਡਜ਼ ਡਾਲਾ, ਇੱਕ ਵਿਡਜ਼ ਕਰਵਾਓ ਵੱਡਾ, ਕੀ ਹੁੰਦੇ ਨੇ ਲੈਂਡ ਕਰੂਜ਼ਰ ਪਿੱਛੇ ਇੱਕ ਡਾਲਾ ਲਵੋ, ਚਲੀਏ ਪੂਰੇ ਪ੍ਰੋਟੋਕੋਲ ਦੇ ਨਾਲ ਕਿ ਨਹੀਂ ਪ੍ਰੋਟੋਕੋਲ। ਤਾਂ ਜੀ ਇਹ ਮੈਂ ਇੱਕ ਗੌਰ ਕੀਤਾ, ਤੁਸੀਂ ਸਾਦਗੀ ਵਾਲੇ ਬੰਦੇ ਹੋ, ਸਾਦਾ ਜੇ ਇਨਸਾਨ ਹੋ, ਸ਼ੋਹੀ ਵਹਾਉਂਦੇ ਨਹੀਂ ਆ, ਬਸ ਇਹ ਤੁਹਾਡੀ ਇਹ ਗੱਲ ਵੱਡੀ ਤੁਹਾਡੀ ਮਾਰ ਜਾਂਦੀ ਹੈ ਸਾਨੂੰ ਕਿ ਲੋਕਾਂ ਨੂੰ ਆਪਣਾ ਵਹਾਉਣਾ ਨਹੀਂ ਹੈ, ਇੰਜ ਹਾਸ ਬਣੋ, ਆਰਾਮ ਰਹੋ, ਦੁਨੀਆ ਮੇਂ ਗੁਮਨਾਮ ਰਹੋ, ਉਹ ਤੁਹਾਡਾ ਜੀ ਹੈ। ਮੰਨਦੇ ਨੇ ਨਾ ਬੰਦਾ ਮਾੜਾ ਚੰਗਾ ਭੈੜਾ ਚੰਗਾ ਪਾਉਂਦਾ ਰਹੇ ਆਪਣੀ ਕਾਰ 'ਤੇ ਚਲਾਈਂਦਾ ਬੰਦਾ, ਅਤੇ ਉਹ ਜ਼ਿਆਦਾ ਨਹੀਂ ਬਣਨਾ ਕਿਉਂਕਿ ਇਨਸਾਨ ਨੇ ਮਿੱਟੀ 'ਚ ਜਾਣਾ, ਮੌਤ ਭੁੱਲੀ ਹੈ ਜੀ। ਇੰਨੇ ਜੋਗਾ ਚਾਚਾ ਮੀਦਾ ਆਪੇ ਨਹੀਂ ਅੱਜ ਵੱਡਾ ਨੇ ਜਾਲ ਰੱਖ ਲਿਆ ਇਸਤਾ ਜੀ, ਤੁਸੀਂ ਮਨਾ ਕੀਤਾ ਸੀ ਉਹਨੂੰ, ਲੇਕਿਨ ਉਸ ਦੇ ਬਾਵਜੂਦ ਆਕੜ ਗਿਆ ਤੁਹਾਨੂੰ। ਚਾਚੇ ਮੀਦੇ ਦਾ 3 ਫੁੱਟ ਕੱਦ ਹੈ ਅਤੇ 3 ਫੁੱਟ ਦਾ ਉਹਨੇ ਐਲ ਫੜਿਆ, ਐਲ ਫੜਿਆ ਹੁੰਦਾ ਹੈ ਜੀ, ਉਹ ਐਲ ਚੁੱਕਦਿਆਂ ਭਾਵੇਂ ਉਹਦੇ ਵਿੱਚ ਵੜ ਜਾਏ ਅਤੇ ਫਿਰ ਸ਼ਰਮ ਨਹੀਂ ਆ ਰਹੀ, ਧੁੱਪ ਨਹੀਂ ਫੁੱਲ ਜਿਹਾ ਆਈ ਹੈ, ਆਹੋ ਛੱਤ ਲਗਾ ਫਿਰਦਾ। ਤਾਂ ਜੀ ਮੈਂ ਇੱਥੇ ਦੋਸਤਾਂ ਨੂੰ ਨਹੀਂ ਵਹਾਉਣਾ ਕਿਉਂਕਿ ਨਹੀਂ ਮੁਨਾਸਿਬ ਨਹੀਂ ਹੈ ਕਿਸੇ ਦੀ ਬਦਖੋਈ ਕਰਨਾ, ਕਿਉਂਕਿ ਗਿਬਤ ਕਰਨ ਵਾਲਾ ਇਨਸਾਨ, ਗਿਬਤ ਕਰਨ ਵਾਲਾ ਇਨਸਾਨ ਇੰਜੇ ਕਿ ਜਿਵੇਂ ਅੱਲਾ ਪਾਕ ਫਰਮਾਉਂਦੇ ਨੇ ਕਿ ਉਹਨੇ ਆਪਣੇ ਭਰਾ ਦਾ ਗੋਸ਼ਤ ਖਾਧਾ, ਕੱਚਾ ਗੋਸ਼ਤ ਖਾਧਾ, ਅਤੇ ਗਿਬਤ ਨਹੀਂ ਕਰਨੀ ਫਿਰ ਵੀ ਠੀਕ ਹੈ, ਖੁਸ਼ੀ ਹੈ ਚਾਚੂ ਮੀਦੇ ਨੇ ਐਡਾ ਵੱਡਾ ਜਾ ਰੱਖਿਆ ਹੈ। ਅਤੇ ਚਲੋ ਕੋਈ ਨਹੀਂ, ਹੁਣ ਤੁਹਾਨੂੰ ਕਰਾਉਂਦੇ ਹਾਂ ਤੇ ਬੱਚਿਆਂ ਦਾ ਸ਼ੌਕ ਇਹਨੂੰ ਛੱਡੀਏ ਭਾਜੀ। ਹੁਣ ਮੈਨੂੰ ਇੱਥੇ ਵਿੱਚ 2-3 ਚਾਚੂ ਮੀਦੇ ਨੂੰ ਗੱਲਾਂ ਕੀਤੀਆਂ ਨੇ ਅਤੇ ਮੈਨੂੰ ਨਾ ਜ਼ਰਾ ਅਫਸੋਸ ਲੱਗਣ ਲੱਗ ਪਿਆ, ਪਿਛਲੀ ਵਾਰ ਹਾਜ ਸਾਹਿਬ ਨੇ ਸਾਡੀ ਵੀਡੀਓ ਵੇਖੀ ਸੀ ਅਤੇ ਉਹਨਾਂ ਨੇ ਤੁਹਾਡੇ 'ਤੇ ਗੁੱਸਾ ਕੀਤਾ ਸੀ ਕਿ ਤੁਸੀਂ ਚਾਚੂ ਮੀਦ ਨੂੰ ਥੋੜ੍ਹੀਆਂ ਗੱਲਾਂ ਕੀਤੀਆਂ ਨੇ, ਅਤੇ ਜੇ ਅਗਰ ਇਹ ਹਾਜ ਸਾਹਿਬ ਵੀਡੀਓ ਵੇਖਦੇ ਨੇ ਅਤੇ ਉਹਨਾਂ ਨੇ ਫਿਰ ਤੈਨੂੰ ਤਾਂ ਨਹੀਂ ਛੱਡਣਾ ਅਤੇ ਨਾਲ ਮੇਰੀ ਵੀ ਐਦ ਕੀ ਸ਼ਾਮਤ ਆ ਜਾਣੀ। ਫਿਰ ਠੀਕ ਹੈ, ਤੁਸੀਂ ਹਾਜ ਸਾਹਿਬ ਕੋ ਮਾਜ਼ਰ ਕਰ ਲਓ ਨਾ ਵਿੱਚ, ਠੀਕ ਹੋ ਗਿਆ। ਅੱਛਾ ਹੁਣ ਕਬੂਤਰੀ ਦੇ ਬਾਰੇ ਕੀ ਖਿਆਲ ਹੈ ਹੁਣ ਫਿਰ ਦੋਸਤਾਂ ਨੂੰ? ਕਬੂਤਰੀ ਦੇ ਬਾਰੇ ਇਹ ਖਿਆਲ ਹੈ, ਇਹਨੂੰ ਜਾਣਦੇ ਹੀ ਹੈ, ਇਹਨੂੰ ਦਿਓ ਛੱਡੋ ਜ਼ਰਾ, ਬੱਚਿਆਂ 'ਤੇ ਜਾ ਕੇ ਬਾਬੇ ਕੁੰਮੂ ਛੂ ਮਾਰੇ, ਇਹਨੂੰ ਜਾਣਦੀ ਹੈ ਬੱਚਿਆਂ ਨੂੰ ਦਾਣਾ ਸ਼ਾਣਾ ਖੁਆਏ, ਦਾਣਾ ਸ਼ਾਣਾ ਪਾਇਆ ਹੈ। ਹਾਂਜੀ ਸਾਹ ਜੀ, ਬੱਚੇ ਵਾਲੇ ਬੱਚੇ ਆ, ਦੋ ਬੱਚੇ ਰੱਖੇ, ਸਾਹ ਜੀ ਟਾਈਮ ਵੀ ਬਹੁਤ ਮੁਨਾਸਿਬ ਰਹਿ ਗਿਆ, 10 ਮਿੰਟ ਰਹਿ ਗਏ ਨੇ ਸਾਡੇ ਕੋਲ, ਅਤੇ 5-6 ਮਿੰਟਾਂ ਦੇ ਵਿੱਚ ਜਿਹੜਾ ਨਾ ਵੀਡੀਓ ਮੁਕਾਓ। ਅਗਰ ਤੇ ਉਹ ਇੰਡੀਅਨ ਹੈ ਨਾ ਤੇ ਉਹਨੇ ਬੱਚਾ ਮਾਰਨਾ ਹੀ ਮਾਰਨਾ ਸੀ। ਮੈਂ ਇਹਨੂੰ ਜ਼ਰਾ ਜ਼ੂਮ ਕਰਾਂ, ਕਰੋ ਜੀ ਚੈੱਕ, ਮਾਸ਼ਾਅੱਲਾ ਜੀ ਚੈੱਕ।
ਟੈਨਸ਼ਨ ਹੀ ਕੋਈ ਨਹੀਂ ਹੈ ਚਿਪੜਿਆ ਸਕੂਨ ਰੈਸਟ ਮੋਡ ਲਓ ਜੀ ਉਸਤਾਦ ਜੀ ਪਰ ਚੈੱਕ ਕਰੋ ਹਾਲੇ ਕਲੀ ਕਲੀ ਦਾ ਵੀ ਨਹੀਂ ਹੈ ਕਲੀ ਦਾ ਵੀ ਨਹੀਂ ਹੋਇਆ ਬਿਲਕੁਲ ਜੀ ਅਤੇ ਪਰ ਚੈੱਕ ਕਰੋ ਕੀ ਤਬਾਹੀ ਫੇਰੀ ਹੈ ਜੀ ਕਲੀ ਤਾਂ ਚਾਰ ਗਿਆ ਜੀ ਅਤੇ ਦੋਸਤ ਦਰਾਸਤ ਅੱਗੇ ਅਪੀਲ ਹੈ ਕਿ ਇਹ ਬੱਚੇ ਨੇ ਜੀ ਗਿਫਟ ਹੋਣੇ ਹੈ ਇਹ ਪਹਿਲੀ ਬੱਚੇ ਨੇ ਅਸੀਂ ਘਰ ਛੱਡਣਾ ਕੋਈ ਬੰਦਾ ਸਾਡੇ ਕੋਲ ਮੰਗ ਕੇ ਸ਼ਰਮਿੰਦਾ ਨਾ ਕਰੇ ਸਾਨੂੰ ਮਿਹਰਬਾਨੀ ਅੱਗੋਂ ਅਗਲੀ ਝੋੜੀਆਂ ਇੱਕ ਹੋਰ ਕੱਢ ਲਈ ਹੈ ਉਹ ਵੀ ਘਰ ਰੱਖਣੀ ਹੈ ਉਹ ਵੀ ਘਰ ਰੱਖਣੀ ਉਸ ਤੋਂ ਅਗਲੀ ਤਾਂ ਹਾਈ ਸਾਹਿਬ ਨੂੰ ਭੇਜਣੀ ਸੀ ਉਹ ਫਿਰ ਹਾਈ ਸਾਹਿਬ ਨੂੰ ਭੇਜ ਦਾਂਗੇ ਹਾਈ ਸਾਹਿਬ ਨੂੰ ਦੋ ਤਿੰਨ ਝੋੜੀਆਂ ਭੇਜ ਰਹੇ ਚੈੱਕ ਕਰੋ ਜੀ ਤਾਂ ਜੀ ਕਲੀ ਝਾੜ ਗਿਆ ਆਇਓ ਵੇਖੋ ਨਾ ਵਿੱਚ ਨਿਕਾਹ ਜਿਹਾ ਪੜ ਆ ਦਸਵੀਂ ਕੰਨੀ ਇੰਜੀ ਇੰਜੀ ਉਹ ਐਂ ਵੇਖੋ ਨਾ ਇਹ ਐਂ ਪੜ ਕੱਢਿਆ ਆਏ ਨੇ ਆਹੋ ਕਲੀ ਤਾਂ ਝਾੜ ਗਿਆ ਆਹਿਸਤਾ ਲੱਗੇ ਨੇ ਤਿਆਰੇ ਇਹਨਾਂ ਨੂੰ ਜਿਹੜਾ ਨਾ ਦਮ ਚੈੱਕ ਕਰਾ ਉਸਤਾਦ ਜੀ ਇਹਦੀ ਪਿਛਲੇ ਖੁੱਡੇ ਹੀ ਸੱਟੋ ਸੜ ਦਿੰਦੇ ਆ ਉਸਤਾਦ ਜੀ ਦਮ ਸਿੱਧੀ ਮਾਰ ਦੇ ਗਈ ਹੈ ਦਮ ਸਹੀ ਹੋ ਗਿਆ ਇਹਨਾਂ ਨੂੰ ਪਿਛਲੇ ਖੱਡੇ ਸੱਟੋ ਐਂ ਹੋਏਗੀ ਖੋਲੇ ਹੋਏ ਤੇ ਮਾਰ ਜਾਣ ਅੱਗੇ ਪਿੱਛੇ ਤਾਂ ਇਹਨਾਂ ਨੂੰ ਪਤਾ ਨਹੀਂ ਹਾਲੇ ਹੈ ਨਹੀਂ ਨਹੀਂ ਇਹਨਾਂ ਨੂੰ ਖੱਪੇ ਪਾ ਲੈ ਜਾਣਗੇ ਵਾਪਸ ਜ਼ਲੀਲ ਹੋਣਗੇ ਠੀਕ ਹੈ ਅਤੇ ਇੱਕ ਅਫਸੋਸਨਾਕ ਖਬਰ ਤੁਹਾਨੂੰ ਦਈਏ ਪਹਿਲਾਂ ਤਾਂ ਸਾਰੇ ਦੋਸਤ ਰਾਤ ਅਫਸੋਸ ਕਰਨਾ ਬਿੱਲੀ ਪਈ ਹੈ ਖੁੱਡੇ 'ਚ ਉਸਤਾਦ ਜੀ ਉਹਦਾ ਬੜਾ ਦੁੱਖ ਹੋਇਆ ਉਹ ਜਿਹੜੇ ਉਹਨੇ ਤੁਹਾਡੇ ਫਿਰੋਜ਼ਪੁਰੀ ਦੇ ਬੱਚੇ ਮਾਰੇ ਨੇ ਨਾ ਉਹਨਾਂ ਦਾ ਮੈਨੂੰ ਵੀ ਬੜਾ ਦਿਲੀ ਦੁੱਖ ਹੋਇਆ ਕਿ ਉਹ ਐਸੇ ਬੱਚੇ ਕਿ ਮੈਂ ਨਾ ਪੂਰਾ ਮੱਲਾ ਜਿਹੜਾ ਵਸਤੇ 'ਚ ਪਿਆ ਸੀ ਕਿ ਬੱਚੇ ਫਿਰੋਜ਼ਪੁਰੀ ਦੇ ਨਿਕਲ ਆਏ ਨੇ ਔਰ ਉਸਤਾਦ ਰਿਆਜ਼ ਆਏ ਸਨ ਉਹ ਆ ਕੇ ਉਹਨਾਂ ਨੇ ਕਿਹਾ ਭਾਈ ਉਸਤਾਦ ਰਾਂ ਨੂੰ ਉਸਤਾਦ ਬਲਾਲ ਨੂੰ ਕਿ ਇਹ ਬੱਚੇ ਪੂਰੇ ਮੱਲੇ ਨੂੰ ਵਸਤ ਨਾ ਪਾ ਦੇਣ ਅਤੇ ਤਾਂ ਗੱਲ ਕਰਿਆ ਜੀ ਉਹੀ ਗੱਲ ਹੋਈ ਹੈ ਮੱਲੇ ਨਜ਼ਰ ਲੱਗ ਗਈ ਅੱਖ ਚੈੱਕ ਹੋ ਗਈ ਕਲੋਜ਼ ਕਰ ਲਈ ਉਸਤਾਦ ਜੀ ਉਸਤਾਦ ਜੀ ਬੜੀ ਲਾਲ ਅੱਖ ਇਹਦੀ ਲੱਗਦਾ ਮਾਂ ਅਤੇ ਅੱਖ ਟੁੱਟ ਮਾਂ ਤਾਂ ਗਈ ਹੈ ਆਹੋ ਇੱਕ ਇਹ ਝੋਲੀ ਜਿਹੜੀ ਕੱਢੀ ਹੈ ਨਾ ਇਹਨੇ ਇਹ ਗਈ ਹੈ ਮਾਂ 'ਤੇ ਅਗਲੀ ਝੋਲੀ ਹੁਣ ਪਿਓ 'ਤੇ ਜਾਏ ਇਹ ਅੱਖ ਮਾਂ 'ਤੇ ਟੁੱਟ ਗਈ ਹੈ ਅਤੇ ਮੈਨੂੰ ਲੱਗਦਾ ਜਿਹੜੀ ਦੂਸਰਾ ਦੂਜਾ ਹੋਏਗਾ ਨਾ ਉਹ ਅੱਖ ਪਿਓ 'ਤੇ ਗਈ ਹੋਏਗੀ ਲੂੰਡਾ ਜਿਹੜਾ ਕਬੂਤਰ ਹੈ ਕਸੂਰੀ ਲੂੰਡਾ ਕਰਤਾ ਅੱਜ ਨਹੀਂ ਨਹੀਂ ਇਹ ਜਿਹੜਾ ਹਾਜੀ ਸਾਹਿਬ ਨੇ ਤੁਹਾਨੂੰ ਗਿਫਟ ਕੀਤਾ ਸੀ ਘਰ ਦਾ ਕਬੂਤਰ ਮੀਆਂ ਨਜ਼ੀਰ ਨਹੀਂ ਨਹੀਂ ਮੀਆਂ ਨਜ਼ੀਰ ਵਾਲਾ ਵਾਪਸ ਭੇਜ ਛੱਡਿਆ ਸੀ ਛਾਪਦਾਰ ਕਬੂਤਰ ਨਹੀਂ ਸੀ ਆਫਸ ਨੂੰ ਦੇਤਾ ਆਫਸ 'ਚ ਲੈ ਗਿਆ ਸੀ ਅਤੇ ਫਿਰ ਉੱਥੋਂ ਲੈ ਕੇ ਵਾਪਸ ਤੁਹਾਨੂੰ ਉਹਨਾਂ ਨੇ ਕਿਹਾ ਸੀ ਉਡਾਓ ਤੁਸੀਂ ਇਹਨੂੰ ਕਸੂਰੀ ਉਹਨੂੰ ਹੁਣ ਪੁੱਟ ਛੱਡਿਆ ਨਾ ਉਹ ਵੇਖੋ ਲੂੰਡਾ ਕਰ ਛੱਡਿਆ ਹੈ ਉਹ ਵੇਖੋ ਨਾ ਉਹ ਲੂੰਡਾ ਹੈ ਬਿਲਕੁਲ ਇਹਨੂੰ ਹੁਣ ਪੁੱਟ ਛੱਡਿਆ ਹੈ ਜਿੰਝ ਸਾਰ ਹੋਣਾ ਇਹਨੂੰ ਛੱਡਣੇ ਆ ਬਾਹਰ ਇਹਨੂੰ ਫਿਰ ਦਿਨ ਰਾਤ ਡੰਡਾ ਦੇ ਕੇ ਰੱਖਣੇ ਆ ਅੱਛਾ ਦੂਜੀ ਗੱਲ ਹੈ ਵੇ ਕਿ ਜਿਹੜਾ ਨਾ ਕਸੂਰੀ ਨੇ ਕੋਈ ਬੱਚਾ ਸੱਚਾ ਕੱਢਿਆ ਉਸਤਾਦ ਜੀ ਕੱਢਿਆ ਇੱਕ ਉਹ ਜਾਲ ਦੇ ਵਿੱਚ ਬੈਠਾ ਹੈ ਸਵੇਰੇ ਡਾਇਆ ਸੀ ਅੱਛਾ ਅਤੇ ਆ ਹੁਣ ਬੈਠਾ ਥੋੜ੍ਹੀ ਦੇਰ ਪਹਿਲੇ ਛੱਤ ਆਉਣ ਤੋਂ ਪਹਿਲੇ ਉਹਨੂੰ ਮੈਂ ਵਿੱਚ ਸੁੱਟ ਕੇ ਗਿਆ ਮੈਂ ਕਿਹਾ ਰੈਸਟ ਕਰੇ ਅਤੇ ਨਾਲ ਉਹ ਦੋ ਵਾਰਾਂ ਬੈਠੇ ਸਨ ਐਪ ਵਾਲੇ ਆਹ ਦੋ ਵਾਰਾਂ ਬੈਠੇ ਸਨ ਆਹ ਦੋਵੇਂ ਕਬੂਤਰੀਆਂ ਸਨ ਇਹਨਾਂ ਨੂੰ ਮੈਂ ਥੱਲੇ ਲਾ ਗਿਆ ਵਾ ਅਤੇ ਬੱਚਾ ਮੈਂ ਵਿੱਚ ਸੁੱਟ ਗਿਆ ਉਹ ਕਸੂੜੀਏ ਦਾ ਚਿੱਟਾ ਸਿਆਲਕੋਟੀ ਸਿਆਲਕੋਟੀ ਆਉਂਦਾ ਪਿਆ ਚਿੱਟਾ ਜਿਹਾ ਬੱਚਾ ਬੈਠਾ ਆਇਆ ਚਿੱਟਾ ਵਿੱਚ ਕਬੂਤਰਾਂ ਦੇ ਅਤੇ ਸਮਝ ਨਹੀਂ ਆ ਰਹੀ ਯਾਰ ਉਹ ਛਾਪਦਾਰ ਕਬੂਤਰ ਚਿੱਟਾ ਬੱਚਾ ਤਾਂ ਮਾਰ ਛੜਿਆ ਤੂੰ ਆਇਆ ਜੀ ਇਹ ਕਸੂਰੀ ਬੱਚਿਆਂ ਦੀ ਅੱਖ ਤੁਸੀਂ ਚੈੱਕ ਕਰਾਓ ਦੋਸਤਾਂ ਨੂੰ ਕਸੂਰੀਆਂ ਦੇ ਵਿੱਚ ਇਹ ਵੀ ਹੁੰਦੇ ਨੇ ਅਗਲੀ ਵਾਰੀ ਫਿਰ ਜਿਹੜਾ ਨਾ ਕਬੂਤਰ ਅੱਖ ਹੈ ਜੀ ਲਾਲ ਸੁਵੀ ਅੱਖ ਉਹ ਮੇਰੇ ਨਾਲ ਕਬੂਤਰ ਇੱਕ ਨਿਕਲੇ ਆਪਣਾ ਵੀ ਨਹੀਂ ਕਿੱਥੇ ਉਹ ਉਸਤਾਦ ਜੀ ਆਪਣਾ ਹੀ ਹੈ ਦੋ ਨਿਕਲੇ ਦੋ ਤਿੰਨ ਨੇ ਆਹੋ ਇਹ ਸਾਰੇ ਹੀ ਆਪਣੇ ਨੇ 40 ਕਬੂਤਰ ਉੱਤੇ ਨੇ ਅਤੇ ਫਿਰ ਜ਼ਾਹਰੀ ਬਾਤ ਉਹਨਾਂ 'ਚੋਂ ਕਬੂਤਰ ਨਿਕਲਦੇ ਸਟਾਰਟ ਹੋ ਰਹੇ ਨੇ ਚਲੋ ਅੱਲਾ ਖੈਰ ਕਰੇ ਅਸੀਂ ਜਿਹੜਾ ਨਾ ਵੀਡੀਓ ਸ਼ੀਡੀਓ ਬਣਾ ਲਈਏ ਫਿਰ ਅਸੀਂ ਸ਼ੋਕ ਕਰਾ ਲਈਏ ਫਿਰ ਥੱਲੇ ਟੁੱਟ ਜਾਂਗੇ ਫਿਰ ਆਪ ਹੀ ਬਹਿ ਜਾਣਗੇ ਦਾਣਾ ਸ਼ਾਣਾ ਸ਼ਾਮ ਸਾਰੀ ਬਾਤ ਖੁੱਲੇ ਹੋਏ ਨੇ 24 ਘੰਟੇ ਕਬੂਤਰ ਖੁੱਲੇ ਨੇ ਕੋਈ ਟੈਨਸ਼ਨ ਨਹੀਂ ਹੈ ਠੀਕ ਹੋ ਗਿਆ ਅੱਜ ਕੱਲ੍ਹ ਦੂਜਾ ਬੱਚਾ ਫਿਰ ਹੋਏ ਬੱਚਾ ਛੱਡ ਦਿਓ ਵਿੱਚ ਇਹਨੂੰ ਇੱਥੇ ਛੱਡ ਦਈਏ ਕਿ ਅੰਦਰ ਛੱਡੀ ਅੰਦਰ ਛੱਡੋ ਉਸਤਾਦ ਜੀ ਇੱਥੇ ਨਿਕਾਹ ਜਾਂ ਪਿੰਜਰਾ ਅਤੇ ਉਹ ਨਹੀਂ ਮਾਮਲਾ ਸਹੀ ਹੈ ਆਓ ਜ਼ਰਾ ਵਾਪਸ ਆ ਬੱਚੇ 'ਤੇ ਇਹ ਬੱਚਾ ਸਲੇਟਾਂ ਮਾਰਿਆ ਸਲੇਟਿਆਂ ਨੇ ਇਹ ਸਲੇਟੇ ਦਾ ਤਾਂ ਮੈਂ ਆਪ ਹੀ ਬੜਾ ਵੱਡਾ ਬੱਚੇ ਦਾ
ਹਾਂਜੀ ਮੇਰੇ ਖਿਆਲ ਨਾਲ ਮੈਨੂੰ ਜੀ ਇਹ ਕਬੂਤਰੀ ਉਹ ਹੀ ਤੇ ਨਹੀਂ ਜਿਹੜੀ ਹਾਜੀ ਸਾਹਿਬ ਦੇ ਘਰ ਸੀ ਮੱਗਰ ਕਬੂਤਰੀ, ਮੈਨੂੰ ਉਹ ਹੀ ਜਾਪਦੀ ਹੈ ਉਹ ਤੇਰੀ ਲੱਗਦੀ ਹੈ, ਪਤਾ ਨਹੀਂ ਆਪੇ ਹੀ ਉੱਡ ਕੇ ਆ ਗਈ ਹੋਣੀ ਆਂਦੇ ਨੇ ਨਾ ਝੋਲੀ ਜਦੋਂ ਦੋ ਬੱਚਿਆਂ ਦੀ ਕਢਾਈ ਹੈ ਨਾ ਇੱਕ ਵੱਡਾ ਹੁੰਦਾ ਇੱਕ ਨਿੱਕਾ ਹੁੰਦਾ, ਬਿਲਕੁਲ ਜੀ ਠੀਕ ਹੈ ਉਹ ਕਾਲਾ ਨਿੱਕਾ ਸੀ ਮੇਰੇ ਖਿਆਲ ਨਾਲ ਮਾਦੀ ਹੈ, ਆਹੋ ਮੈਨੂੰ ਜਦੋਂ ਤੱਕ ਸ਼ੱਕ ਤੁਹਾਡੇ ਕੋਲ ਕਾਲਾ ਕਬੂਤਰ ਪਿਆ ਬੜਾ ਸ਼ਾਨਦਾਰ ਤੇ ਉਹਨੂੰ ਨਾ ਛੱਡਿਆ ਹੀ ਉਹਨੂੰ ਉਹਦੇ ਨਾਲ ਪਾਓ ਜੋੜੇ ਪਾਓ ਇਹ ਸੋਚਿਆ ਇਹ ਸੋਚਿਆ ਕਬੂਤਰ ਜਿਹੜੇ ਵਿੱਚ ਕਾਲੇ ਕਬੂਤਰ ਦਾ ਉਸਤਾਦ ਜੀ ਸਪੈਸ਼ਲ ਤੁਸੀਂ ਸ਼ੋਅ ਕਰਵਾਉਣਾ ਦੋਸਤਾਂ ਨੂੰ ਕਿਉਂਕਿ ਕਾਲਾ ਕਬੂਤਰ ਬਹੁਤ ਸ਼ਾਨਦਾਰ ਕਬੂਤਰ ਹੈ, ਆਹ ਵਿਖਾਣਾ ਨਿਕਲ ਆਏ ਨੇ ਨਿਕਲ ਆਏ ਨੇ ਇਹ ਯਾਰ ਇੱਥੇ ਤਾਂ ਨਹੀਂ ਆਉਂਦੇ ਆ ਵਿੱਚ, ਜ਼ਰਾ ਕੈਮਰਾ ਆਈਫੋਨ ਦਾ ਦਿੱਤਾ ਹੈ ਆਰਡਰ ਦਿਨ ਜੀ ਆ ਜਾਂਦਾ ਦੋ ਤਿੰਨ ਘੰਟੇ ਬਹਿਣੇ ਨੇ, ਦੋ ਘੰਟੇ ਤੇ ਮਸਟ ਲੈ ਜਾਣੇ ਨੇ ਬਾਕੀ ਫਿਰ ਕੁਛ ਅੱਜ ਪੈਣਗੇ ਕੁਛ ਕੱਲ ਪੈਣਗੇ ਕੁਛ ਜੁੰਮੇ ਵਾਲੇ ਦਿਨ ਪੈਣਗੇ, ਤਿੰਨ ਦਿਨਾਂ ਹੀ ਪੂਰੇ ਹੁੰਦੇ ਨੇ ਤਿੰਨ ਚਾਰ ਦਿਨ ਲੱਗ ਜਾਂਦੇ ਕਿਉਂਕਿ ਮਹੀਨੇ ਦੋ ਪੱਲੇ ਮਾਰੀ ਦੇਣ ਬਸ ਦੋ ਵਾਰੀ ਡਾਈ ਦੇਣ ਮਹੀਨੇ ਦੋ ਵਾਰੀ ਪੂਰੇ ਹੁੰਦੇ ਨੇ ਸਰ ਹੋ ਜਾਂਦੇ ਨੇ ਪੂਰੇ ਕਦੀ ਕੋਈ ਰਿਹਾ ਤੇ ਨਹੀਂ ਯਾਰ ਸਰ ਜੀ ਇਹਦੇ ਪੜ ਮੈਨੂੰ ਜ਼ਿਆਦਾ ਅੱਛੇ ਲੱਗ ਰਹੇ ਨੇ ਇਸ ਬੱਚੇ ਦੇ ਨਾ ਉਹ ਜ਼ਿਆਦਾ ਅੱਛੇ ਨੇ ਸਰ ਜੀ ਪੜ ਪੜ ਕਲੀ ਝਾੜਦਾ ਪਿਆ ਹਾਂ ਇਹਨੇ ਵੀ ਝਾੜੀ ਹੈ ਕਲੀ ਉਹ ਨਜ਼ਰ ਆ ਰਹੀ ਹੈ ਤੇ ਯਾਰ ਦੂਜੀ ਗੱਲ ਕੱਲ੍ਹ ਤੋਂ ਮੈਂ ਨਿੱਕਾ ਪਿੰਜਰਾ ਵਿਖਾ ਗਿਆ ਦੋਸਤਾਂ ਨੂੰ ਠੀਕ ਇਹਦੇ ਕਬੂਤਰ ਨਹੀਂ ਲਿਆ ਕੇ ਠੀਕ ਪੜ ਖਰਾਬ ਹੋ ਗਈ ਵੇਖੋ ਸਰ ਜੀ ਇੱਕ ਮਿੰਟ ਉਹਨੂੰ ਉਹਦਾ ਟਾਈਮ ਹੋ ਗਿਆ ਲਓ ਦੋਸਤੋ ਪੜ ਚੈੱਕ ਕਰੋ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਪੜ ਉਸਤਾਦ ਜੀ ਉਹ ਕਾਲੇ ਪੜ ਬੱਚੇ ਨਾਲ ਪੜ ਚੰਗੇ ਰਹੇ ਵਾਲੇ ਗਾੜੀ ਬਾਲ ਚੰਗੇ ਨੇ ਕਬੂਤਰ ਇਹ ਬੱਚਾ ਚੰਗਾ ਰਿਹਾ ਬਹੁਤ ਚੰਗਾ ਇਹ ਬੱਚਾ ਮੈਨੂੰ ਪਸੰਦ ਇਹ ਮੈਨੂੰ ਪਿਓ ਤੇ ਲੱਗਦਾ ਪਿਓ ਤੇ ਟੁੱਟ ਗਿਆ ਉਹ ਤੇ ਟੁੱਟ ਗਿਆ ਉਹ ਮਾਂ ਦੇ ਟੁੱਟ ਗਿਆ ਤੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਕਦੀ ਕਦੀ ਝਾੜੀ ਹੈ ਤਬਾਈ ਫੇਰੀ ਹੈ ਸਾਜੀ ਉਰਾ ਵਹਾਂ ਜ਼ਰਾ ਅੱਖ ਚੈੱਕ ਕਰਾਓ ਟਾਈਮ ਬੜਾ ਹੋ ਗਿਆ ਇਸ ਤਰ੍ਹਾਂ ਦੇ ਨਾਲ ਇਸ ਦੇ ਨਾਲ ਵੀਡੀਓ ਫਿਰ ਅਸੀਂ ਮੁਕਾਈਏ ਚੈੱਕ ਕਰੋ ਐ ਨਾ ਇਹਦੀ ਅੱਖ ਟੁੱਟ ਗਈ ਹੈ ਪਿਓ ਤੇ ਅਜੇ ਇਹਨੇ ਅੱਖ ਸਾਫ਼ ਨਹੀਂ ਸਹੀ ਕੀਤੀ ਹੈ ਕਲੀ ਕਲੀ ਦਾ ਆਇਆ ਐਡੀ ਛੇਤੀ ਸਾਫ਼ ਤਾਂ ਇਹਨਾਂ ਕਰਿਆ ਸਾਜੀ ਉਹ ਬੱਚਾ ਸਾਫ਼ ਕਰ ਗਿਆ ਨਾਲੇ ਆਉਂਦੇ ਨੇ ਜਿਹੜਾ ਕਲੀ ਕਲੀ ਤੇ ਬੱਚਾ ਅੱਖਾਂ ਸਾਫ਼ ਕਰ ਜਾਂਦਾ ਵੱਡੇ ਕਬੂਤਰ ਜਿੰਨੀ ਸਿਆਣ ਦੋ ਚੈੱਕ ਕਰੋ ਜੀ ਇਹ ਦੋਮ ਪਿਓ ਤੇ ਗਈ ਹੈ ਹਾਂ ਠੀਕ ਅਤੇ ਠੀਕ ਹੈ ਫਿਰ ਦੋਸਤੋ ਰਾਤ ਫਿਰ ਇਨਸ਼ਾਅੱਲਾ ਅਗਲੀ ਵੀਡੀਓ 'ਚ ਵੇਖਾਂਗੇ ਟਾਈਮ ਮਿਲਾਂਗੇ ਟਾਈਮ ਕਾਫੀ ਜ਼ਿਆਦਾ ਹੋ ਗਿਆ ਅਗਲੀ ਵੀਡੀਓ ਜਿਹੜਾ ਤੁਹਾਨੂੰ ਟੈਡੀ ਜੋੜੇ ਦਾ ਆਪਣਾ ਦੱਸਾਂਗੇ ਪਿਓਰ ਟੈਡੀ ਮੇਨ ਟੈਡੀ ਅਸੀਂ ਤਾਂ ਟੈਡੀ ਪੂਰਾ ਪਾਕਿਸਤਾਨ 'ਚ ਨਹੀਂ ਆਉਣਗੇ ਇੰਜੀ ਇੰਜੀ ਅਗਲੀ ਵਾਰੀ ਫਿਰ ਮਿਲਦੇ ਇਨਸ਼ਾਅੱਲਾ ਓਕੇ ਅੱਲਾ ਅੱਲਾ